ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਤੇ ਅੱਜ ਵਾਲਾ ਡਿਜ਼ਾਈਨ ਵੀ ਬਹੁਤ ਹੀ ਪਿਆਰਾ ਹੈ ਤੇ ਬਹੁਤ ਸੌਖਾ ਡਿਜ਼ਾਈਨ ਹੈ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਅਸੀਂ 8-8 ਦੇ ਹਿਸਾਬ ਨਾਲ ਕੁੰਡੇ ਲੈਣੇ ਨੇ 8-8 ਦੇ ਹਿਸਾਬ ਨਾਲ ਕੁੰਡੇ ਲੈ ਕੇ ਤਿੰਨ ਕੁੰਡੇ ਲੈਣੇ ਨੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਤੇ ਦੋ ਕੁੰਡੇ ਲੈਣੇ ਨੇ ਐਗਜਿਸਟ ਵਾਸਤੇ 5 ਕੁੰਡੇ ਆਪਾਂ ਵਾਧੂ ਲੈ ਲੈਣੇ ਆ ਤੇ ਉਲਟੀ ਸਾਈਡ ਤੋਂ ਸਾਡਾ ਡਿਜ਼ਾਈਨ ਸ਼ੁਰੂ ਹੋਏਗਾ ਸਿੱਧੀ ਸਾਈਡ ਤੋਂ ਪਹਿਲਾਂ ਆਪਾਂ ਇੱਕ ਸਿੱਧੀ ਸਿੱਧੀ ਸਿਲਾਈ ਜਿਹੜੀ ਹੈ ਸਿੰਪਲ ਬਣਾ ਲੈਣੀ ਆ ਪਹਿਲਾ ਕੁੰਡਾ ਉਤਾਰ ਲਿਆ ਪੂਰੀ ਸਿਲਾਈ ਆਪਾਂ ਸਿੱਧੀ ਸਿੱਧੀ ਬਣਾ ਲੈਣੀ ਹੈ ਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਜੇ ਵੀਡੀਓ ਪਹਿਲੀ ਵਾਰੀ ਦੇਖ ਰਹੇ ਜੇ ਵੀਡੀਓ ਪਸੰਦ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਕਰਨਾ ਤੇ ਕਮੈਂਟ ਕਰਕੇ ਆਪਣੇ ਪਿੰਡ ਜਾਂ ਸ਼ਹਿਰ ਦਾ ਨਾਮ ਤੁਸੀਂ ਜਰੂਰ ਦੱਸਣਾ ਕਿ ਤੁਸੀਂ ਸਾਡੀ ਵੀਡੀਓ ਕਿੱਥੋਂ ਦੇਖ ਰਹੇ ਜੀ ਜੇਕਰ ਡਿਜ਼ਾਈਨ ਪਸੰਦ ਆਏ ਤੇ ਉਹ ਵੀ ਤੁਸੀਂ ਜਰੂਰ ਦੱਸਣਾ ਜੇ ਨਾ ਪਸੰਦ ਆਏ ਫਿਰ ਵੀ ਤੁਸੀਂ ਦੱਸਣਾ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਬਹੁਤ ਆਸਾਨੀ ਦੇ ਨਾਲ ਇਹਨੂੰ ਕੋਈ ਵੀ ਬਣਾ ਸਕਦਾ ਹੈ ਪਹਿਲੀ ਸਲਾਈ ਆਪਾਂ ਬਣਾ ਲਈ ਆ ਪੂਰੀ ਸਿੱਧੀ ਸਿੱਧੀ ਸਿੱਧੇ ਪਾਸਿਓ ਕੋਈ ਵੀ ਤੁਸੀਂ ਬਾਰਡਰ ਬਣਾ ਕੇ ਇਸ ਤਰ੍ਹਾਂ ਜੇਕਰ ਤੁਸੀਂ ਸਿੱਧੇ ਪਾਸਿਓ ਕੁੰਡੇ ਵਗੈਰਾ ਵਧਾਉਣੇ ਨੇ ਤੇ ਤੁਸੀਂ ਵਧਾ ਸਕਦੇ ਜੀ ਉਹਨੂੰ ਉਲਟੀ ਸਾਈਡ ਤੋਂ ਆਪਾਂ ਡਿਜ਼ਾਈਨ ਜਿਹੜਾ ਉਹ ਬਣਾਉਣਾ ਸ਼ੁਰੂ ਕਰਾਂਗੇ ਡਿਜ਼ਾਈਨ ਦੀ ਪਹਿਲੀ ਸਲਾਈ ਆ ਪਹਿਲਾ ਕੁੰਡਾ ਉਤਾਰ ਲਿਆ ਫਿਰ ਤਿੰਨ ਕੁੰਡੇ ਆਪਾਂ ਸਿੱਧੇ ਬਣਾਉਣੇ ਆ ਇੱਕ ਸੋਰੀ ਉਲਟੇ ਦੋ ਤੇ ਤਿੰਨ ਤਿੰਨ ਕੁੰਡੇ ਉਲਟੇ ਬਣਾ ਲਏ ਉਲਟੀ ਸਾਈਡ ਤੋਂ ਹੁਣ ਧਾਗਾ ਪਿੱਛੇ ਵੱਲੇ ਪਾਸੇ ਕਰਾਂਗੇ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਸਿੱਧਾ ਬਣਾ ਲਿਆ ਸਿੰਪਲ ਫਿਰ ਅਗਲੇ ਕੁੰਡੇ ਨੂੰ ਆਪਾਂ ਦੋ ਵਾਲ ਪਾਉਣੇ ਨੇ ਇਹ ਵੇਖੋ ਇੱਕ ਤੇ ਦੋ ਦੋ ਵਾਲ ਪਾ ਲੇ ਹੁਣ ਅਸ ਉਸ ਤੋਂ ਅਗਲੇ ਕੁੰਡੇ ਨੂੰ ਆਪਾਂ ਤਿੰਨ ਵਾਲ ਪਾਉਣੇ ਨੇ 2 3 ਤਿੰਨ ਵਾਲ ਪਾ ਲਏ ਇਸ ਤੋਂ ਅਗਲੇ ਕੁੰਡੇ ਨੂੰ ਆਪਾਂ ਫਿਰ 2 ਵਾਲ ਪਾਉਣੇ ਨੇ ਇਹ ਸਾਡੇ 4 ਕੁੰਡੇ ਹੋ ਗਏ ਪਹਿਲਾ ਇੱਕ ਕੁੰਡਾ ਸਿੰਪਲ ਬਣਾ ਲਿਆ ਫਿਰ 2 ਵਾਲ ਪਾਏ ਫਿਰ 3 ਵਾਲ ਫਿਰ 2 ਵਾਲ ਤੇ ਹੁਣ ਇੱਕ ਕੁੰਡਾ ਫਿਰ ਆਪਾਂ ਸਿੱਧਾ ਬਣਾਵਾਂਗੇ ਇਹ ਹੀ 8 ਕੁੰਡੇ ਆਪਾਂ ਫਿਰ ਰਿਪੀਟ ਕਰਨੇ ਆ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ 3 ਕੁੰਡੇ ਉਲਟੇ 2 ਤਿੰਨ ਤਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਉਹਨਾਂ ਇੱਕ ਕੁੰਡੇ ਨੂੰ ਆਪਾਂ ਦੋ ਬਾਲ ਪਾਉਣੇ ਆ ਫਿਰ ਉਸ ਤੋਂ ਅਗਲੇ ਕੁੰਡੇ ਨੂੰ ਆਪਾਂ ਤਿੰਨ ਬਾਲ ਪਾਉਣੇ ਆ ਉਸ ਤੋਂ ਅਗਲੇ ਕੁੰਡੇ ਨੂੰ ਆਪਾਂ ਫਿਰ ਦੋ ਬਾਲ ਪਾਉਣੇ ਆ ਤੇ ਇੱਕ ਕੁੰਡਾ ਫੇਰ ਆਪਾਂ ਸਿੱਧਾ ਬਣਾਉਣਾ ਹੈ ਪੰਜ ਕੁੰਡਿਆਂ ਦੇ ਵਿੱਚ ਡਿਜ਼ਾਈਨ ਬਣਾਣਾ ਹੈ ਪਹਿਲਾ ਇੱਕ ਕੁੰਡਾ ਸਿੰਪਲ ਸਿੱਧਾ ਬਣਾਉਣਾ ਫਿਰ ਇੱਕ ਕੁੰਡੇ ਨੂੰ ਦੋ ਬਾਲ ਉਸ ਤੋਂ ਅਗਲੇ ਕੁੰਡੇ ਨੂੰ ਤਿੰਨ ਬਾਲ ਫਿਰ ਦੋ ਬਾਲ ਤੇ ਫਿਰ ਇੱਕ ਕੁੰਡਾ ਸਿੱਧਾ ਉਹਨਾਂ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਤਿੰਨ ਕੁੰਡੇ ਉਲਟੇ ਬਣਾਵਾਂਗੇ ਉਲਟੀ ਸਾਈਡ ਬਣ ਰਹੀ ਹੈ ਡਿਜ਼ਾਈਨ ਦੀ ਲਾਸਟ ਵਾਲਾ ਕੁੰਡਾ ਵੀ ਉਲਟਾ ਬਣਾ ਲਾਂਗੇ ਦੂਸਰੀ ਸਲਾਈ ਬਣ ਗਈ ਸਾਡੀ ਉਲਟੇ ਪਾਸੇ ਉਹ ਪਹਿਲੀ ਸਲਾਈ ਆਪਾਂ ਸਿੱਧੀ ਸਿੱਧੀ ਬਣਾਈ ਸੀ ਹੁਣ ਆ ਗਏ ਆ ਸਿੱਧੀ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਤਿੰਨ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਪੰਜ ਕੁੰਡੇ ਉਲਟੇ ਇੱਕ ਅਭੀ ਕੁੰਡਲ ਲੂਜ਼ ਕਰ ਲੈਣੇ ਆ 2 3 4 ਤੇ 5 ਪੰਜ ਕੁੰਡੇ ਸਿੱਧੇ ਉਲਟੇ ਬਣਾਉਣੇ ਆ ਪੰਜ ਕੁੰਡੇ ਉਲਟੇ ਬਣਾ ਲੈ ਧਾਗਾ ਪਿੱਛੇ ਕਰਾਂਗੇ ਤਿੰਨ ਕੁੰਡੇ ਸਿੱਧੇ 1 2 3 ਧਾਗਾ ਆਪਣੀ ਵਾਲੀ ਸਾਈਡ ਪੰਜ ਕੁੰਡੇ ਉਲਟੇ 1 ਦੋ ਜਿਹੜੇ ਕੁੰਡੇ ਨੂੰ ਆਪਾਂ ਵਲ ਪਾਏ ਆ ਆਪਾਂ ਉਲਟੇ ਬਣਾਉਣੇ ਆ ਤਿੰਨ ਵਲ ਸਾਡੇ ਜਿਹੜੇ ਖੁੱਲਦੇ ਜਾਣੇ ਆ ਚਾਰ ਤੇ ਪੰਜ ਬਹੁਤ ਹੀ ਪਿਆਰਾ ਡਿਜ਼ਾਈਨ ਬਣਦਾ ਆ ਫਿਰ ਤਿੰਨ ਕੁੰਡੇ ਸਿੱਧੇ 1 2 3 ਲਾਸਟ ਵਾਲਾ ਵੀ ਸਿੱਧਾ ਤਿੰਨ ਸਲਾਈਆਂ ਬਣ ਗਈਆਂ ਡਿਜ਼ਾਈਨ ਦੀਆਂ ਹੁਣ ਅਗੇ ਆ ਡਿਜ਼ਾਈਨ ਦੀ ਚੌਥੀ ਸਲਾਈ ਤੇ ਉਲਟੇ ਪਾਸੇ ਪਹਿਲਾ ਕੁੰਡਾ ਉਤਾਰ ਲਿਆ बाकी सारे कुंडे आप उल्टे उल्टे बना लेने बाकी सारे कुंडे उल्टे उल्टे बना के कंप्लीट कर लेंगे अपनी चौथी सिलाई ਇਸ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕਲਰ ਤੇ ਪਾਓਗੇ ਤੇ ਬਹੁਤ ਹੀ ਪਿਆਰਾ ਲੱਗੇਗਾ ਮੈਂ ਇੱਥੇ ਗ੍ਰੇ ਕਲਰ ਤੇ ਪਾ ਰਹੀ ਹਾਂ ਤੁਸੀਂ ਇਸ ਨੂੰ ਕਿਸੇ ਵੀ ਕਲਰ ਤੇ ਪਾ ਸਕਦੇ ਜੇ ਹਰ ਰੰਗ ਤੇ ਵਾਲਾ ਡਿਜ਼ਾਈਨ ਜਿਹੜਾ ਬਹੁਤ ਹੀ ਪਿਆਰਾ ਲੱਗੇਗਾ ਚਾਰ ਸਲਾਈਆਂ ਬਣ ਗਈਆਂ ਹੁਣ ਆ ਗਿਆ ਡਿਜ਼ਾਈਨ ਦੀ ਪੰਜਵੀਂ ਸਲਾਈ ਤੇ ਸਿੱਧੇ ਪਾਸੇ ਪਹਿਲਾ ਕੁੰਡਾ ਉਤਾਰ ਲਿਆ ਬਾਕੀ ਸਾਰੇ ਕੁੰਡੇ ਆਪਾਂ ਸਿੱਧੇ-ਸਿੱਧੇ ਬਣਾ ਲੈਣੇ ਪੰਜਵੀਂ ਸਲਾਈ ਆਪਾਂ ਪੂਰੀ ਸਿੱਧੇ-ਸਿੱਧੇ ਬਣਾ ਲੈਣੀ ਹੈ ਨਵੇਂ ਇਸਲਾ ਇਹਦੇ ਵਿੱਚ ਡਿਜ਼ਾਈਨ ਨਹੀਂ ਬਣੇਗਾ ਪੂਰੀ ਸਲਾਈ ਸਿੱਧੀ ਸਿੱਧੀ ਇਸੇ ਤਰ੍ਹਾਂ ਪਾਸ ਉਲਟੀਆਂ ਸਿੱਧੀਆਂ ਸਲਾਈਆਂ ਹੀ ਇਹਦੇ ਵਿੱਚ ਬਣਦੀਆਂ ਨੇ ਤੇ ਡਿਜ਼ਾਈਨ ਜਿਹੜਾ ਬਹੁਤ ਪਿਆਰਾ ਬਣਦਾ ਜਾਂਦਾ ਹੈ ਹੁਣ ਆਪਾਂ ਅੱਗੇ ਆਏ ਹਾਂ ਡਿਜ਼ਾਈਨ ਦੀ ਛੇਵੀਂ ਸਲਾਈ ਤੇ ਉਲਟੇ ਪਾਸੇ ਹੁਣ ਵੇਖੋ ਆਪਾਂ ਕੀ ਕਰਨਾ ਹੈ ਇਹਲਾ ਕੁੰਡਾ ਉਤਾਰ ਲਿਆ ਫਿਰ ਇਸ ਤੋਂ ਬਾਅਦ ਧਾਗਾ ਆਪਾਂ ਪਿਛਲੇ ਪਾਸੇ ਕਰ ਲੈਣਾ ਵਾ ਇਹ ਕੁੰਡੇ ਨੂੰ ਆਪਾਂ ਦੋ ਬਾਲ ਪਾਉਣੇ ਆ ਫਿਰ ਉਸ ਤੋਂ ਅਗਲੇ ਕੁੰਡੇ ਨੂੰ ਆਪਾਂ ਤਿੰਨ ਵਲ ਪਾਉਣੇ ਇੱਥੇ ਸਟਾਰਟਿੰਗ ਤੇ ਹੀ ਵਲ ਪਾਉਣੇ ਆ ਫਿਰ ਕੁੰਡੇ ਨੂੰ ਆਪਾਂ ਦੋ ਵਲ ਪਾਉਣੇ ਆ ਤੇ ਲਾਸਟ ਤੇ ਇੱਕ ਕੁੰਡਾ ਆਪਾਂ ਸਿੱਧਾ ਬਣਾ ਲੈਣਾ ਹੁਣ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਤਿੰਨ ਕੁੰਡੇ ਉਲਟੇ ਜਿਹੜੇ ਕੁੰਡਿਆਂ ਦੇ ਆਪਾਂ ਪਹਿਲੋ ਡਿਜ਼ਾਈਨ ਬਣਾ ਰਹੇ ਸੀ ਹੁਣ ਇਸ ਵਾਰ ਉਹ ਸਿੰਪਲ ਬਣਨੇ ਤਿੰਨ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਹੁਣ ਇੱਕ ਕੁੰਡਾ ਸਿੱਧਾ ਬਣਾਵਾਂਗੇ ਫਿਰ ਅਗਲੇ ਕੁੰਡੇ ਨੂੰ ਆਪਾਂ ਦੋ ਵਲ ਪਾਉਣੇ ਆ ਉਸ ਤੋਂ ਅਗਲੇ ਕੁੰਡੇ ਨੂੰ ਤਿੰਨ ਬਲ ਪਾਉਣੇ ਆ ਤੇ ਉਸ ਤੋਂ ਅਗਲੇ ਕੁੰਡੇ ਨੂੰ ਆਪਾਂ ਦੋ ਬਲ ਪਾਉਣੇ ਆ ਫਿਰ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਤਿੰਨ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਅਗਲੇ ਤਿੰਨ ਕੁੰਡਿਆਂ ਨੂੰ ਬਲ ਪਾਉਣੇ ਪਹਿਲੇ ਨੂੰ ਦੋ ਬਲ ਦੂਜੇ ਨੂੰ ਤਿੰਨ ਬਲ ਤੇ ਚੌਥੇ ਨੂੰ ਵੀ ਦੋ ਬਲ ਤੇ ਲਾਸਟ ਵਾਲਾ ਕੁੰਡਾ ਆਪਾਂ ਉਲਟਾ ਬਣਾ ਲੈਣਾ ਸ਼ੇਮੀਸ ਲਾਈ ਬਣ ਗਈ ਡਿਜ਼ਾਈਨ ਦੀ ਹੋਣਾ ਗਿਆ ਸਤਵੀਂ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਚਾਰ ਕੁੰਡੇ ਉਲਟੇ 1 2 3 4 ਕੁੰਡੇ ਉਲਟੇ ਧਾਗਾ ਪਿੱਛੇ ਤਿੰਨ ਕੁੰਡੇ ਸਿੱਧੇ 1 2 3 ਧਾਗਾ ਆਪਣੀ ਵਾਲੀ ਸਾਈਡ ਪੰਜ ਕੁੰਡੇ ਉਲਟੇ 1 2 3 4 5 ਜਿਹੜੇ ਕੁੰਡੇ ਨੂੰ ਆਪਾਂ ਵਾਲ ਪਾਏ ਉਲਟੇ ਬਣਾਵਾਂਗੇ ਤਿੰਨ ਕੁੰਡੇ ਸਿੱਦੇ ਬਣਾਉਣੇ ਆ ਧਾਗ ਆਪਣੀ ਵਾਲੀ ਸਾਈਡ ਚਾਰ ਕੁੰਡੇ ਉਲਟੇ 1 2 3 4 ਧਾਗਾ ਪਿੱਛੇ ਲਾਸਟ ਵਾਲਾ ਕੁੰਡਾ ਸਿੱਧਾ ਸੱਤ ਸਲਾਈਆਂ ਬਣ ਗਈਆਂ ਡਿਜ਼ਾਈਨ ਦੀਆਂ ਹੁਣ ਆ ਗਏ ਆ ਅੱਠਵੀਂ ਸਲਾਈ ਤੇ ਉਲਟੇ ਪਾਸੇ ਪਹਿਲਾ ਕੁੰਡਾ ਉਤਾਰ ਲਿਆ ਬਾਕੀ ਸਾਰੇ ਕੁੰਡੇ ਆਪਾਂ ਉਲਟੇ-ਉਲਟੇ ਬਣਾ ਲੈਣੇ ਅੱਠਵੀਂ ਸਲਾਈ ਆਪਾਂ ਪੂਰੀ ਉਲਟੀ-ਉਲਟੀ ਬਣਾ ਲੈਣੀ ਹੈ ਇਹਹੀ ਅੱਠ ਸਲਾਈਆਂ ਜਿਹੜੀਆਂ ਅਸੀਂ ਰਿਪੀਟ ਕਰਦੇ ਜਾਣਾ ਆ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਬਣ ਕੇ ਤੇ ਰੈਡੀ ਹੁੰਦਾ ਜਾਣਾ ਹੈ ਚਾਰ ਸਲਾਈਆਂ ਵਿੱਚ ਡਿਜ਼ਾਈਨ ਇੱਕ ਜਗ੍ਹਾ ਤੇ ਬਣੇਗਾ ਫਿਰ ਚਾਰ ਸਲਾਈਆਂ 'ਚ ਡਿਜ਼ਾਈਨ ਦੂਸਰੇ ਕੁੰਡਿਆਂ ਤੇ ਬਣੇਗਾ ਬਸ ਇਹੀ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਪਰ ਆਪਾਂ ਇਹਨੂੰ ਚੇਂਜ ਕਰਕੇ ਬਣਾਉਣਾ ਹੈ ਤੇ ਅੱਠ ਸਲਾਈਆਂ ਵਿੱਚ ਬਣੇਗਾ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਲੱਗ ਰਿਹਾ ਹੈ ਬਿਲਕੁਲ ਸਿੰਪਲ ਡਿਜ਼ਾਈਨ ਹੈ ਤੇ ਬਹੁਤ ਹੀ ਪਿਆਰਾ ਲੱਗਦਾ ਤੁਸੀਂ ਇਸ ਨੂੰ ਕਿਸੇ ਵੀ ਪ੍ਰੋਜੈਕਟ ਤੇ ਬਣਾ ਸਕਦੇ ਹੋ ਬਿਲਕੁਲ ਰੈਡੀਮੇਡ ਦੀ ਤਰ੍ਹਾਂ ਇਹਦੀ ਸਵੈਟਰ ਲੱਗੇਗੀ ਮੈਂ ਗ੍ਰੇ ਕਲਰ ਤੇ ਬਣਾਇਆ ਹੈ ਤੁਸੀਂ ਕਿਸੇ ਵੀ ਕਲਰ ਤੇ ਬਣਾ ਸਕਦੇ ਜੇ ਜਦੋਂ ਆਪਾਂ ਇਹਨੂੰ ਅੱਗੇ ਤੋਂ ਅੱਗੇ ਬਣਾਉਂਦੇ ਜਾਵਾਂ ਗੇਥ ਡਿਜ਼ਾਈਨ ਸਾਡਾ ਜਿਹੜਾ ਇਸ ਤਰੀਕੇ ਦੇ ਨਾਲ ਬਣ ਕੇ ਰੈਡੀ ਹੁੰਦਾ ਜਾਣਾ ਹੈ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਮਿਲਦੇ ਆਂ ਫਿਰ ਇਸੇ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਕਿਸੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ